ਤੇ ਨਾ ਕੋਈ ਐਵੇਂ ਪ੍ਰੋਟੀਨ ਭਰੀ ਜਾਣੀ ਆ। ਆਹ ਜਿਹੜੇ ਤੁਸੀਂ ਆਹ ਦੇਖ ਰਹੇ ਨਾ ਡੂੰਘੇ ਡੂੰਘੇ ਟੋਹੇ ਜੇ ਪਏ ਹੋਏ ਆ, ਆਹ ਮਸ਼ੀਨ ਨਾਲ ਡੈਂਟ ਕੱਢ ਦਿੰਦੇ ਆ ਇਹ, ਤੇ ਪੂਰੀ ਵੱਢ ਕੇ ਵਧ ਗਿਆ ਇੱਥੋਂ, ਪਤਾ ਹੀ ਲੱਗਦਾ ਇਹਦਾ, ਇਹ ਮੂਹਰੋਂ ਡੈਮ ਜੁਗੀ ਸਾਰੀ ਖਤਮ ਹੋ ਗਈ ਸੀਗੀ ਇਹ। ਆਹ ਜਿਹੜਾ ਇੰਜਨ ਵਾਲੀ ਜਗ੍ਹਾ 20 ਮਾਡਲ ਗੱਡੀ ਆਲਟੋ ਇਹ, ਹਾਂ 20 ਮਾਡਲ ਗੱਡੀ ਆਲਟੋ, 20 ਮਾਡਲ ਇਹ, ਹਾਂ 20 ਮਾਡਲ, ਪਤਾ ਨਹੀਂ ਲੱਗਦਾ ਜਵਾਂ ਹੀ ਪਤਾ ਲੱਗਦਾ ਜੀ। ਕੀ ਬਾਤ ਆ, ਅੱਛਾ ਇੱਥੋਂ ਵੱਢ ਕੇ ਲਾ ਦਈਏ, ਇੱਥੋਂ ਵੱਢ ਕੇ ਲਾਈਏ ਜੀ, ਆ ਮੂਹਰੋਂ ਸਾਰੇ ਪੀਸ ਨਵੇਂ ਲਾਏ ਇਹਦੇ ਜੀ। ਠੀਕ ਹੈ, ਵੱਡੇ ਤੋਂ ਵੱਡਾ ਟੈਂਟ ਵੀ ਕੱਢ ਦਿੱਤੀ ਹੈ, ਜਿਹੜਾ ਮਰਜ਼ੀ ਟੈਂਟ ਹੋਵੇ ਜੀ, ਸਪੈਸ਼ਲ ਇਹ ਸਿਆਸੀ ਹੈ। ਠੀਕ ਹੈ, ਦੋ ਚੀਜ਼ਾਂ ਤੋਂ ਬਣਦਾ ਟੂਕੇ, ਜਿਹ ਚ ਤੇ ਪੇਂਟ ਆਪਾਂ ਸਪੈਸ਼ਲ ਮੰਗਾਉਂਦੇ ਜੀ ਆਪਣੇ ਕੋਲ ਹੈਗੇ ਆ, ਜਿਹਨਾਂ ਲਿੰਕ ਹੈਗੇ ਬੰਦਿਆਂ ਨਾਲ। ਠੀਕ ਹੈ, ਉਹਨਾਂ ਦੀ ਸਪੈਸ਼ਲ ਮਸ਼ੀਨ ਲੱਗੀ, ਉੱਥੇ ਸਪੈਸ਼ਲ ਹੀ ਲਿਆਉਂਦੇ ਤੇ ਪੇਂਟ ਦੀ ਗਰੰਟੀ ਆ ਪੂਰੀ ਸਾਡੀ। ਠੀਕ ਹੈ, ਜਮਾਂ ਜਾਇਜ਼ ਰੇਟ 'ਚ ਕਰ ਦੀ ਗੱਡੀ ਹੋਵੇ ਜੀ। ਠੀਕ ਹੈ, ਆਹ ਦੇਖੋ ਜਿਹੜੀ ਮਰਜ਼ੀ ਹੋਵੇ ਆਪਾਂ ਕਰ ਦਿੰਦੇ ਹਾਂ ਬਾਈ, ਜਮਾਂ ਜਿਹੜੀ ਮਰਜ਼ੀ ਰੰਗ ਰੁੰਗ ਮੈਚ ਹੋ ਜਾਂਦਾ, ਜਮਾਂ ਰੰਗ ਦੀ ਕੁਆਲਿਟੀ ਹੈ ਜੀ, ਰੰਗ ਅਸੀਂ ਗਰੰਟੀ ਦਿੰਦੇ ਹਾਂ ਰੰਗ ਮੈਚ ਦੀ। ਠੀਕ ਹੈ, ਹਾਂਜੀ ਦੋਸਤੋ, ਅੱਜ ਤੁਹਾਨੂੰ ਮਿਲਾਉਣੇ ਆ ਚਿੱਬ ਕੱਢ ਮਿਸਤਰੀਆਂ ਨਾਲ, ਕਾਹਦੇ ਚਿੱਬ ਕੱਢਦੇ ਆ ਉਹ ਵੀ ਦੱਸਦੇ ਹਾਂ। ਆਪਾਂ ਖੜੇ ਇਸ ਟਾਈਮ ਬਾਜੇ ਖਾਨੇ ਬਰਨਾਲਾ ਰੋਡ 'ਤੇ ਭਗੌਤੀ ਡੈਂਟਿੰਗ ਪੇਂਟਿੰਗ ਵਰਕਸ 'ਤੇ, ਹੈ ਨਾ ਬਾਈ। ਗੱਡੀਆਂ ਦੇ ਚਿੱਬ ਕੱਢੇ ਜਾਂਦੇ ਆ ਇੱਥੇ ਬਾਈ, ਟੂਕੇ ਦਾ ਪੇਂਟ ਵੀ ਕੀਤਾ ਜਾਂਦਾ ਗਾ, ਸਪੈਸ਼ਲ ਗੱਡੀਆਂ ਤਿਆਰ ਕੀਤੀਆਂ ਜਾਂਦੀਆਂ, ਜੇ ਕੋਈ ਮੰਨ ਕੇ ਚਲੋ ਰਵਿੰਗ ਕਰਾਉਣੀ ਆ ਜਾਂ ਕਿਸੇ ਤਰ੍ਹਾਂ ਦੇ ਵੀ ਡੈਂਟ ਹੋਵੇ ਗੱਡੀ ਦਾ, ਤਾਂ ਉਹ ਇੱਥੇ ਬਾਈ ਕਰਕੇ ਦਿੰਦੇ ਆ। ਆਪਾਂ ਬਾਈ ਕੁਲਦੀਪ ਸਿੰਘ ਖਾਲਸਾ ਕੋਲ ਆਏ ਹਾਂ ਕਿ ਆਪਣੇ ਪਿੰਡੋਂ ਬਾਈ, ਅਤੇ ਬਾਜੇ ਖਾਨੇ ਜਿਹੜਾ ਬਾਈ ਇਹ ਕੰਮ ਕਰਦੇ ਆ, ਕਾਰਾਂ ਕਾਫੀ ਖੜੀਆਂ ਹੈਗੀਆਂ, ਅਤੇ ਜਿਵੇਂ ਮੈਂ ਕੀਤੀ ਸੀ ਗੱਲ ਵੀ ਇਹ ਚਿੱਬ ਕੱਢ ਮਿਸਤਰੀ ਆ ਬਾਕੀ, ਹੈ ਨਾ ਵੀ ਇਹ ਕਾਰਾਂ ਦੇ ਚਿੱਬ ਕੱਢ ਕੇ ਕਾਰ ਨੂੰ ਨਵੀਂ ਬਣਾ ਦਿੰਦੇ ਆ ਕਿਸੇ ਤਰ੍ਹਾਂ ਦੀ ਵੀ ਹੋਵੇ ਕਾਰ। ਮੈਂ ਪੁੱਛਦਾ ਵੀ ਇਹ ਕਾਰਾਂ ਨੂੰ ਜੋੜ ਜਾੜ ਕੇ ਨਵਾਂ ਵੀ ਬਣਾ ਦਿੰਦੇ ਆ ਬਾਈ, ਹਰੇ ਖੜਿਆ ਮਿਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਅ ਜੀ ਕੀ ਹਾਲ ਹੈ? ਆਹ ਲਾ ਲਈਏ ਮੈਂ ਕਰਤਾ ਇੱਥੇ ਜੀ, ਆਪਣਾ ਇਹ ਵਰਕਸ਼ਾ ਵਰਕਸ ਹੈਗੀ ਹੈਗੀ ਬਰਨਾਲਾ ਰੋਡ 'ਤੇ ਨਾ, ਬਾਜੇ ਖਾਨੇ। ਹਾਂਜੀ ਬਾਜੇ ਖਾਨੇ, ਹਾਂਜੀ ਹਾਂਜੀ ਬਾਜੇ ਖਾਨੇ, ਬਿਲਕੁਲ ਜੀ। ਅਤੇ ਮੈਂ ਜਿਵੇਂ ਕੀਤੀ ਸੀ ਬਾਈ, ਇੱਥੋਂ ਵੀ ਇਹ ਚਿੱਬ ਕੱਢਦੇ ਆ ਮਿਸਤਰੀ, ਹੈ ਨਾ? ਹਾਂਜੀ ਪੂਰੇ ਵਧੀਆ ਚਿੱਬ ਕੱਢਦੇ ਆ, ਪੂਰੇ ਪਤਾ ਹੀ ਲੱਗਣ ਦਿੰਦੇ ਜੀ, ਹੈ ਨਾ? ਇੱਕ ਇਹ ਕਹਾਵਤ ਆ ਵੀ ਚਿੱਬ ਕੱਢ ਮਿਸਤਰੀ ਆ, ਮੈਂ ਦੱਸਤਾ ਵਾ ਇਹ ਭਰਾਵਾਂ ਨੂੰ ਵੀ ਇੱਥੇ ਜੇ ਕਾਰਾਂ ਦਾ ਜਿਹੜਾ ਕਿ ਡੈਂਟਿੰਗ ਪੇਂਟਿੰਗ ਤੋਂ ਲੈ ਕੇ, ਹੈ ਨਾ, ਕੋਈ ਵੀ ਪੇਂਟ ਦਾ ਕੰਮ, ਟੋਟਲ ਪੇਂਟ ਦਾ ਕੰਮ ਕੀਤਾ, ਰਵਿੰਗ ਹੋਰ ਵਗੈਰਾ ਸਾਰਾ ਕੁਝ ਕੰਮ ਜੀ ਪੇਂਟਿੰਗ ਦਾ ਹੁੰਦਾ ਜੀ ਇੱਥੇ, ਸਾਰਾ ਕਰਦੇ ਆ। ਟੂਕੇ ਦਾ ਜਮਾ ਜਿਹੜਾ ਉਹ ਕਾਰਾਂ 'ਚ ਡੈਂਟ ਡੁੰਟ ਪੈ ਜਾਂਦੇ ਉਹ ਵੀ ਕੱਢ ਦਿੰਦੇ, ਜਮਾ ਜਮਾ ਜੀ ਆਪਣੇ ਕੋਲ ਮਸ਼ੀਨ ਆਈ ਤੁਹਾਨੂੰ ਹੈਗੀ ਆ, ਪਹਿਲਾਂ ਉਹੀ ਦਿਖਾ ਦਈਏ ਫਿਰ ਸਾਰੀ ਗੱਲਬਾਤ ਕਰਦੇ ਆ, ਤਜਰਬੇ ਬਾਰੇ ਵੀ ਗੱਲਬਾਤ ਕਰਦੇ ਆ। ਮਸ਼ੀਨ ਸਪੈਸ਼ਲ ਲਿਆਂਦੀ ਗਈ ਆ, ਕੱਢ ਦਿੰਦੇ ਇਹਦੇ ਨਾਲ ਬਈ, ਪੂਰੇ 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 ਵਧੀਆ ਨਿਕਲਦੇ ਆ ਜੀ, ਕੱਢ ਕੇ ਦਿਖਾਉਂਦੇ ਆ ਜੀ ਆਹ ਚੀਜ਼ ਨਾਲ। ਹਾਂ ਚੀਜ਼ ਨਾਲ ਪੂਰੇ ਵਧੀਆ ਡੈਂਟ ਨਿਕਲਦੇ ਆ। ਕੀ ਬਾਤ ਆ, ਨਹੀਂ ਇਹ ਕਿਵੇਂ ਬਈ ਖਿੱਚਦੇ ਆ? ਹਾਂ ਖਿੱਚਦੇ ਆ, ਇਹਦਾ ਅਰਥ ਲੱਗਦਾ ਜੀ ਇਹ। ਹਾਂ ਅੱਛਾ, ਆਹ ਕੀ ਚੀਜ਼ ਆ, ਇਹ ਅਰਥ ਹੋ ਗਿਆ? ਹਾਂ ਇਹ ਅਰਥ ਹੋ ਗਿਆ ਜੀ। ਅੱਛਾ ਮਸ਼ੀਨ ਆ, ਮਸ਼ੀਨ ਆ ਜੀ ਇਹ। ਠੀਕ ਹੈ, ਪੁਆਇੰਟਾਂ ਤੇ ਚੱਲਦੀ ਹੈ ਜੀ ਇਹ। ਠੀਕ ਆ, ਕਰੰਟ ਤੇ ਚੱਲਣੀ ਆ ਇਹ, ਕਰੰਟ ਤੇ ਚੱਲਦੀ ਕਰਿਓ ਬਈ ਆਉਣ ਇਹਨੂੰ। ਆਹ ਹੋ ਗਈ ਆਉਣ ਹੈ, ਵੱਡੇ ਤੋਂ ਵੱਡਾ ਡੈਂਟ ਵੀ ਕੱਢ ਦਿੱਤੀ ਹੈ, ਜਿਹੜਾ ਮਰਜ਼ੀ ਡੈਂਟ ਹੋਵੇ ਜੀ, ਸਪੈਸ਼ਲ ਇਹ ਸਿਆਸੀ ਹੈ। ਠੀਕ ਹੈ, ਜਿਹੜੇ ਤੁਸੀਂ ਆਹ ਦੇਖ ਰਹੇ ਨਾ ਡੂੰਘੇ ਡੂੰਘੇ ਟੋਹੇ ਜੇ ਪਏ ਹੋਏ ਆ, ਆਹ ਮਸ਼ੀਨ ਨਾਲ ਡੈਂਟ ਕੱਢ ਦਿੰਦੇ ਆ ਇਹ। ਠੀਕ ਆ, ਆਹ ਤਾਂ ਬਾਈਰ ਕਰੀ ਜਾਂਦੇ ਹੈ ਨਾ, ਇਹਨੂੰ ਮਸ਼ੀਨ ਨੂੰ ਟੈਂਟ ਪੁੱਲਰ ਕਹਿੰਦੇ ਆ। ਹਾਂ ਟੈਂਟ ਪੁੱਲਰ ਕਹਿੰਦੇ। ਠੀਕ ਆ, ਆਹ ਗੱਡੀਆਂ ਖੜਾ ਰੱਖੀਆਂ ਬਈ, ਇਹਨਾਂ ਦਾ ਕਿਵੇਂ ਕਿ ਸਾਰਾ? ਹਾਂ ਸਾਰਾ ਕੰਮ ਕਰਨਾ, ਉਹ ਗੱਡੀ ਦੇ ਰਹਿਣੇ ਬੋਰਡ ਲਾਏ ਆ ਜੀ।
ਠੀਕ ਆ, ਗੱਡੀ ਟਚਿੰਗ ਕੀਤੀ ਆ ਜੀ, ਠੀਕ ਆ, ਟਚਿੰਗ ਕਰਨੀ ਆ ਸਾਡੀ, ਉਹ ਗੱਡੀ ਸਾਰੀ ਕਰਨੀ ਆ ਬ੍ਰਿਜਾਂ ਦੀ। ਤੇ ਪਤਾ ਪੁਤਾ ਲੱਗ ਜਾਂਦਾ ਰੰਗ ਕਰੇ ਦਾ ਕਿ ਨਹੀਂ? ਆਹ ਰਨਿੰਗ ਬੋਰਡ ਲਾਏ ਜੀ ਇਹ, ਤੁਹਾਨੂੰ ਦਿਖਾ ਗਿਆ ਜੀ, ਇਹਦੇ ਨਵੇਂ ਰਨਿੰਗ ਬੋਰਡ ਲਾਏ ਆ ਜੀ, ਜਨ ਗੱਡੀ ਦੇ ਜੀ, ਇਹ ਜਮਾਂ ਜਨ ਗੱਡੀ ਆ, ਉਹ ਨਵੀਂ ਬਣਾ ਕੇ ਦੇਣੀ ਜੀ ਉਹਨਾਂ ਨੂੰ। ਆਹ ਬਾਈ ਥੱਲੇ, ਹਾਂ, ਜਿਹਨੂੰ ਆਪਾਂ ਗੋਲਾ ਕਹਿ ਦਿੰਦੇ ਆ, ਜਿਹਨੂੰ ਗੋਲਾ ਕਹਿੰਦੇ ਆ, ਸਾਰਾ ਨਵਾਂ ਲਾਇਆ ਜੀ, ਵੱਢ ਕੇ ਲਾਇਆ ਜੀ ਅਸੀਂ, ਸਾਰਾ ਟੂ ਜੀ ਅੱਡੇ, ਆਹ ਪਤਾ ਹੀ ਨਹੀਂ ਲੱਗਦਾ ਨਵਾਂ ਲਾਇਆ ਜੀ ਇਹ। ਤੇ ਗੱਡੀ ਨੂੰ ਜੇ ਆਪਾਂ ਕਹਿ ਦਈਏ, ਕਈ ਵਾਰੀ ਪਿੱਛੋਂ ਡੈਮੇਜ ਹੋ ਜਾਂਦੀ ਆ, ਬਾਡੀ ਮਿਲ ਜਾਂਦੀ ਹੈ ਜੇ, ਮੰਨ ਲਾ ਇੱਕ ਵਾਰੀ ਡੈਮੇਜ, ਹਾਂ ਉਹ ਵੱਢ ਕੇ ਲਾਇਆ ਜੀ, ਉਹ ਵੀ ਜੋੜ ਦਿੰਦੇ ਆ, ਦਿਖਾਓ ਤੁਸੀਂ। ਆਹ ਮਿੱਤਰੋ, ਹੁਣ 2K ਦਾ ਪੇਂਟ ਆ ਜਾਂ ਕੋਈ ਗੱਡੀ ਟਚਿੰਗ ਆ ਜਾਂ ਕੋਈ ਡੈਂਟ ਪੈ ਗਿਆ ਤਾਂ ਪਤਾ ਨਹੀਂ ਲੱਗਦਾ ਨਾ ਬਿਲਕੁਲ ਵੀ। ਅੱਗੇ ਵੀ ਖੜੀਆਂ ਬਾਈ ਕੋਲੇ ਅੰਦਰ ਗੱਡੀਆਂ, ਤੁਹਾਨੂੰ ਪੇਂਟ ਬੂਥ ਇੱਕ ਦਿਖਾ ਦਿੰਦੇ ਹਾਂ ਬਾਈ ਹਰਾਂ ਦਾ, ਜਿਹੜਾ ਤਿਆਰ ਆ ਪੂਰਾ ਇੱਥੇ, ਇੱਥੇ ਜਿਹੜਾ ਗੱਡੀਆਂ ਨੂੰ ਆਹ ਗੱਡੀ ਵੱਢ ਕੇ ਲਾਈ ਆ ਜੀ, ਮੂਹਰੋਂ ਐਕਸੀਡੈਂਟ ਹੋ ਗਈ ਸਾਰੀ ਇਹ, ਠੀਕ ਹੈ, ਅਤੇ ਪੂਰੀ ਵੱਢ ਕੇ ਵੱਧ ਗਿਆ ਇੱਥੋਂ, ਪਤਾ ਨਹੀਂ ਲੱਗਦਾ ਇਹਦਾ, ਇਹ ਮੂਹਰੋਂ ਡੈਮੇਜ ਹੋ ਗਈ, ਸਾਰੀ ਖਤਮ ਹੋ ਗਈ ਸੀਗੀ ਇਹ। ਆਹ ਜਿਹੜਾ ਇੰਜਨ ਵਾਲੀ ਜਗ੍ਹਾ, 20 ਮਾਡਲ ਗੱਡੀ ਇਹ, ਹਾਂ 20 ਮਾਡਲ ਗੱਡੀ ਆਲਟੋ, 20 ਮਾਡਲ ਇਹ, ਹਾਂ 20 ਮਾਡਲ, ਪਤਾ ਨਹੀਂ ਲੱਗਦਾ ਜਗ੍ਹਾ ਹੀ, ਪਤਾ ਲੱਗਦਾ ਜੀ, ਕਿਆ ਪਤਾ। ਅੱਛਾ, ਇੱਥੋਂ ਵੱਢ ਕੇ ਲਾ ਦੀ, ਵੱਢ ਕੇ ਲਾਈ ਆ ਜੀ, ਆਹ ਮੂਹਰੋਂ ਸਾਰੇ ਪੀਸ ਨਵੇਂ ਲਾਏ ਇਹਦੇ ਜੀ, ਠੀਕ ਹੈ, ਆ ਮੂਹਰੇ ਵੱਢ ਕੇ ਉਹ ਧਰਤਾ ਹੈ, ਹਾਂ ਜੀ, ਠੀਕ ਹੈ। ਲੈ ਵੀ ਹਨਾ ਕਈ ਵਾਰੀ ਆਪਣਾ ਕਰੇ ਕੇ, ਇੱਥੇ ਪੀਸ ਟੰਗ ਕੇ ਮਾਰਦੇ ਆ ਜੀ, ਲਾਈਟਿੰਗ ਪੂਰੀ ਪ੍ਰਬੰਧ ਆ ਜੀ ਇੱਥੇ, ਲਾਈਟਿੰਗ ਦਾ ਇੱਥੇ ਪੀਸ ਟੰਗ ਕੇ ਮਾਰਦੇ ਆ ਜੀ ਇੱਥੇ, ਠੀਕ ਹੈ, ਸਾਰੇ ਪੀਸ ਨੇ। ਇਹ ਸਪੈਸ਼ਲ ਕੰਪਨੀ 'ਚ ਹੁੰਦਾ ਜੀ ਇਹ ਸਿਸਟਮ, ਮਿੱਟੀ ਨਾ ਪਵੇ ਇਹਦੇ 'ਤੇ, ਅਤੇ ਜਿਹੜੇ ਪੀਸ ਆ ਪੂਰੇ, ਜਿਹੜਾ ਪੇਂਟ ਦੀ ਕੁਆਲਿਟੀ ਪੂਰੀ ਵਧੀਆ ਦਿੱਤੀ ਜਾਂਦੀ ਹੈ ਜੀ, ਠੀਕ ਹੈ, ਹਾਂ ਪੇਂਟ ਦੀ ਕੁਆਲਿਟੀ ਜਿਵੇਂ ਕੰਪਨੀ ਹੁੰਦਾ ਵਾਰੀ ਗੱਲ ਕਰਦੇ, ਪੇਂਟ ਹੁੰਦਾ ਕਿੰਨੇ ਤਰ੍ਹਾਂ ਦਾ, ਵੀ ਟੂਕੇ ਟੂਕੇ ਕਰੀ ਜਾਂਦੇ ਹਾਂ ਸਾਰੇ ਪੇਂਟ ਜੀ, ਬਹੁਤ ਵਧੀਆ। ਇਹ ਜਿਹੜੀ ਆਪਣੀ ਕੁਆਲਿਟੀ ਜੀ PPG ਦਾ ਹੁੰਦਾ ਜੀ, ਆਪਾਂ ਸਪੈਸ਼ਲ ਵਰਤਦੇ ਜੀ, ਇੱਕ ਡਿਊ ਪੌਂਡ ਦਾ ਹੁੰਦਾ ਜੀ, ਠੀਕ ਹੈ, ਆਪਾਂ ਦੋਨੇ ਕੰਪਨੀਆਂ ਹੀ ਵਰਤਦੇ ਹਾਂ ਡਿਊ ਪੌਂਡ ਅਤੇ PPG ਦਾ ਜੀ, ਠੀਕ ਹੈ, ਅਤੇ ਇਹ ਪੇਂਟ ਆਪਾਂ ਸਪੈਸ਼ਲ ਮੰਗਾਉਂਦੇ ਜੀ, ਆਪਣੇ ਕੋਲ ਹੈਗੇ ਆ ਜਿਹਨਾਂ ਲਿੰਕ ਹੈਗੇ ਆ ਬੰਦਿਆਂ ਨਾਲ, ਠੀਕ ਹੈ, ਅਤੇ ਉਹਨਾਂ ਦੀ ਸਪੈਸ਼ਲ ਮਸ਼ੀਨ ਲੱਗੀ, ਉੱਥੇ ਸਪੈਸ਼ਲੀ ਲਿਆਉਂਦੇ ਅਤੇ ਪੇਂਟ ਦੀ ਗਰੰਟੀ ਆ ਪੂਰੀ ਸਾਡੀ, ਠੀਕ ਹੈ, ਅਤੇ ਜਿਵੇਂ ਜੈਜ ਰੇਟ 'ਚ ਕੰਮ ਕੀਤਾ ਜਾਂਦਾ। ਆਹ ਜਿਵੇਂ ਗੱਡੀ ਪੇਂਟ ਹੋਈ ਆ ਨਾ, ਹਾਂ ਇਹ ਗੱਡੀ ਪੇਂਟ ਅਜੇ ਕੀਤੀ ਹੋਈ ਹੈ ਗੱਡੀ, ਸਾਰੀ ਅਜੇ ਕੀਤੀ ਹੈ ਜੀ ਸਾਰੀ ਗੱਡੀ, ਠੀਕ ਹੈ, ਅਤੇ ਇਹਦਾ ਕੋਈ ਬਾਹਲਾ ਨਹੀਂ ਪਤਾ ਲੱਗਦਾ, ਹਾਂ ਇਹ ਜਮਾਂ ਨਹੀਂ ਪਤਾ ਲੱਗਦਾ ਟਚਿੰਗ ਕੀਤੀ ਹੈ ਜੀ ਇਹ ਪੂਰੀ, ਠੀਕ ਹੈ, ਬਿਲਕੁਲ। ਤਾਂ ਐਵੇਂ ਜਿਹੜੀਆਂ ਤੁਸੀਂ ਇੱਥੇ ਤਿਆਰ ਕਰ ਦਿੰਦੇ ਹਾਂ, ਹਾਂ ਸਾਰੀਆਂ ਗੱਡੀਆਂ, ਠੀਕ ਹੈ। ਬਾਕੀ ਬਈ ਜਿਹੜੀ ਮਰਜ਼ੀ ਕੰਪਨੀ ਦੀ ਗੱਡੀ ਹੋਵੇ, ਆਪਣੇ ਬਾਹਰ ਪੋਸਟਰ ਲੱਗਿਆ ਹੋਈ ਹੋਵੇ, ਬਾਹਰ ਲਈ ਜਿੱਥੋਂ ਦੀ ਮਰਜ਼ੀ ਗੱਡੀ ਹੋਵੇ, ਹੋਰ ਕੀ ਕੁਛ ਕਰਦੇ ਹਾਂ ਜਿਵੇਂ ਗੱਡੀਆਂ 'ਚ ਡੈਂਟਿੰਗ ਪੇਂਟ ਕਰਨਾ, ਟੈਪ ਲਾਉਣਾ, ਕੰਪਾਉਂਡ ਜੀ, ਸਾਰਾ ਕੁਛ ਜਿਹੜਾ ਡੈਂਟਿੰਗ ਪੇਂਟ ਜਿਹੜਾ ਕੰਮ ਦਾ ਸਾਰਾ ਹੀ ਕਰਦੇ ਹਾਂ, ਠੀਕ ਹੈ, ਡੈਂਟਿੰਗ ਪੇਂਟਿੰਗ ਕਰਕੇ ਰਬਿੰਗ ਵੀ ਹੋ ਜਾਂਦੀ ਹੈ, ਟੈਪ ਲਾਉਣਾ, ਕੰਪਾਉਂਡ ਜੀ, ਸਾਰਾ ਕੁਛ ਹੀ ਕਰਦੇ ਜੀ ਆਪਾਂ, ਠੀਕ ਹੈ। ਤੇ ਆਪਣਾ ਇਹ ਲੋਕੇਸ਼ਨ ਹੈਗੀ ਆ, ਇਹ ਆਪਣਾ ਭਾਤਾ ਰੋਡ ਜੀ, ਤੇ ਬਾਜਾ ਖਾਨਾ, ਤੇ ਮੇਨ ਇਹਦੇ ਤੇ ਵੀ ਆ ਜੀ ਆਪਣਾ ਬਰਨਾਲੇ ਰੋਡ ਤੇ ਆ, ਹਾਈਵੇ ਦੇ ਨੇੜੇ ਬਿਲਕੁਲ, ਬਾਜੇ ਖਾਨੇ ਮੈਂ ਨੰਬਰ ਦਿੱਤਾ ਹੋਇਆ ਬਾਈ ਦੀਪ ਦਾ ਨਾ, ਕੁਲਦੀਪ ਸਿੰਘ ਖਾਲਸਾ, ਜਿਹੜੀ ਮਰਜ਼ੀ ਕੰਪਨੀ ਦੀ ਗੱਡੀ ਹੋਵੇ ਜੀ, ਠੀਕ ਹੈ, ਆਹ ਦੇਖੋ ਜਿਹੜੀ ਮਰਜ਼ੀ ਹੋਵੇ ਆਪਾਂ ਕਰ ਦਿੰਦੇ ਹਾਂ ਬਾਈ, ਜਮਾਂ ਜਿਹੜੀ ਮਰਜ਼ੀ ਰੰਗ ਰੁੰਗ ਮੈਚ ਹੋ ਜਾਂਦਾ, ਰੰਗ ਦੀ ਕੁਆਲਿਟੀ ਆ ਜੀ, ਰੰਗ ਅਸੀਂ ਗਰੰਟੀ ਦਿੰਦੇ ਹਾਂ ਰੰਗ ਮੈਚ, ਠੀਕ ਹੈ। ਤਜਰਬਾ ਬਾਈ ਤੁਹਾਨੂੰ, ਤਜਰਬਾ ਸਾਡਾ 8 ਸਾਲ ਦਾ ਐਕਸਪੀਰੀਅੰਸ ਹੈ, ਮਰੂਤੀ ਸੁਜ਼ੂਕੀ ਚਲਾ ਕੇ ਆਏ ਜੀ, ਸਪੈਸ਼ਲ ਆਪਣਾ ਲਿਖਾਇਆ ਹੋਇਆ ਜੀ, ਠੀਕ ਆ, ਲੈ ਬਾਈ ਇੱਥੇ ਲਿਖਾਇਆ ਹੋਇਆ ਸਪੈਸ਼ਲ ਆਪਣੇ, ਠੀਕ ਆ, ਤੇ ਪੇਂਟ ਦੀਆਂ ਸਪੈਸ਼ਲ ਆਪਣੀਆਂ ਟ੍ਰੇਨਿੰਗਾਂ ਕੀਤੀਆਂ ਜੀ, ਪੇਂਟ ਦੀਆਂ ਇਹਦੀਆਂ ਵੀ ਟ੍ਰੇਨਿੰਗਾਂ ਲੱਗਦੀਆਂ ਬਾਈ? ਹਾਂ ਪੇਂਟ ਦੀਆਂ ਲੱਗਾਂ ਜੀ, ਸਾਡੇ ਨਾਲ ਗੁੜਗਾਉਂ ਲੱਗਾਂ ਹੋਈ, ਅਸੀਂ ਏਜੰਸੀ 'ਚ ਕੰਮ ਕਰਦੇ ਸੀ, ਅੱਛਾ, ਹਾਂ ਉੱਥੇ ਸਾਡੀਆਂ ਹਫ਼ਤੇ ਹਫ਼ਤੇ ਲੱਗਾਂ ਹੋਣਾ ਜੀ, ਠੀਕ ਆ, ਮੈਂ ਤਾਂ ਕਹਿੰਦਾ ਮੈਰੇ ਅਰਗੇ ਵੀ ਰੰਗ ਮਾਰ ਦੂੰਗਾ ਜਾਂ ਕਲਾ ਹੁੰਦੀ ਹੈ, ਨਹੀਂ ਨਹੀਂ ਇਹ ਤਾਂ ਪੂਰਾ ਫਿਰ ਪੈਸੇ ਕਰਕੇ ਦੇਣੇ, ਫਿਰ ਕਸਟਮਰ ਨੂੰ ਪੂਰਾ ਪੂਰਾ ਵਧੀਆ ਸਖਤ ਕਰਕੇ ਫਿਰ ਉਹ ਕਰਦੇ ਆ, ਠੀਕ ਆ, ਜਿਵੇਂ ਜੀਪ ਜੂਪ ਤਿਆਰ ਕਰਵਾਉਂਦੇ ਆ ਜਾਂ ਕੁਛ ਵੀ, ਹਾਂ ਜੀਪ ਵੀ ਤਿਆਰ ਕਰਦੇ ਨੇ ਜੀ ਪੂਰੀ ਫੁੱਲ, ਆਪਾਂ ਜੀਪ ਜਿਹੜੀ ਮਰਜ਼ੀ ਗੱਡੀ ਹੋਵੇ ਜੀ, ਇਹ ਟੂ ਜਿਹੜ ਸਾਰੀਆਂ ਗੱਡੀ ਕਰ ਦਿੰਦੇ ਆ ਵੀ ਵੱਡੀ ਗੱਲ ਤਾਂ ਇਹ ਆ ਵੀ ਜਿਹੜੀਆਂ ਗੱਡੀਆਂ ਆਪਾਂ ਕਹਿ ਲਈ ਵੀ ਜਮਾਂ ਹੀ ਟੋਟਲ ਜੇ ਡੈਮੇਜ ਹੋ ਜਾਂਦੀਆਂ ਇੰਜਨ ਵਾਲੇ ਪਾਸੇ ਜਾਂ ਪਿੱਛੋਂ ਡਿੱਗੀ ਵਾਲੇ ਪਾਸੇ, ਵੱਢ ਕੇ ਪੀਸ ਲਾ ਦੇ ਬਈ, ਫਿਰ ਟੂਕੇ ਦਾ ਪੇਂਟ ਵੀ ਇਹਦਾ ਮਾਰਨ ਦੇ ਕਿੰਨਾ ਮਤਲਬ ਐਂ ਹੁੰਦਾ ਜਾਂ ਮੇਰੇ ਮੰਨ ਕੇ ਚੱਲ ਬਈ, ਜਿਵੇਂ ਆਹ ਗੱਡੀ ਆ ਇਹਦੇ ਉੱਪਰ ਰੰਗ ਲਾਤਾ ਸਿੱਧਾ ਪੇਂਟ ਮਾਰ ਦਿੰਦੇ ਆ ਜਾਂ ਕੀ ਕੁਛ ਮਾਰਦੇ? ਸਪੈਸ਼ਲ ਜੀ ਆਪਾਂ ਇਹਦੇ ਬੇਸ ਬਣਾਉਣਾ ਪੈਂਦਾ ਜੀ, ਠੀਕ ਆ, ਬੇਸ ਬਣਾ ਕੇ ਇਹਦੇ ਤੇ ਸਾਰੀ ਪਟੀਨ, ਜਿੰਨੀ ਪਟੀਨ ਘੱਟ ਤੋਂ ਘੱਟ ਅਸੀਂ ਭਰਦੇ ਆ ਜੀ, ਕਿਉਂਕਿ ਬਾਅਦ 'ਚ ਉਹ ਚੀਜ਼ ਦੀ ਪ੍ਰੋਬਲਮ ਨਾ ਆਵੇ, ਵੀ ਪਟੀਨ ਤਾਂ ਤਰੇੜਾਂ ਹੀ ਸਾਡੇ, ਹਾਂ ਤਰੇੜਾਂ ਸਾਡੇ ਸਪੈਸ਼ਲ, ਸਾਡੇ ਕੋਲ ਮਸ਼ੀਨ ਆ ਜੀ ਉਹਦੇ ਵਾਸਤੇ, ਹਾਂ ਇਹਨੂੰ ਪੂਰੀ ਗੱਡੀ ਨੂੰ ਤਿਆਰ ਕਰ, ਪ੍ਰਾਇਮਰ ਪਾ ਕੇ ਸਾਰੀ ਗੱਡੀ ਉੱਡੇ, 2K ਦਾ ਸਾਰਾ ਕੰਮ 2K ਦਾ ਹੀ ਸਾਡਾ ਜੀ, ਇਹ ਤੁਹਾਡਾ 2K ਦਾ ਮਤਲਬ ਕੀ ਦਿੱਤਾ ਬਈ, 2K ਕਿਉਂ ਕਹਿੰਦੇ ਆ? 2K ਦਾ ਮਤਲਬ ਇਹ ਦੋ ਪੇਂਟ ਹੁੰਦੇ, 2K ਦਾ ਮਤਲਬ ਇਹ 'ਚ ਹੁੰਦਾ ਹਾਰਡਨਰ ਕਲੀਅਰ, ਇਹ ਦੋ ਚੀਜ਼ਾਂ ਤੋਂ ਬਣਦਾ 2K, ਜਿਹ 'ਚ ਹਾਰਡਨਰ
ਤੇ ਉਹ ਪੈਂਦਾ ਜੀ ਪੇਂਟ ਹੁੰਦਾ ਪੇਂਟ ਹੁੰਦਾ ਹਾਂ ਜੀ ਚੱਕ ਥਿਨਰ ਪੈਂਦਾ ਜੀ ਥਿਨਰ ਪੈਂਦਾ ਹਾਂ ਜੀ ਇਹ ਦੋ 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 ਚੀਜ਼ਾਂ ਨੂੰ ਮਿਲਾ ਕੇ ਟੂਕੇ ਬਣਦਾ ਜੀ ਤੇ ਜੇ ਮੰਨ ਲਾ ਕੇ ਗੱਡੀ ਵੀ ਕਰਵਾਉਣੀ ਹੈ ਸਾਰੀ ਜਾਂ ਉਹ ਸਾਰੀ ਕਰ ਦਿੰਦੇ ਆ ਰੰਗ ਜਿਵੇਂ ਕਿੰਨੇ ਟਾਈਮ 'ਚ ਕਰ ਦੋਗੇ ਆਪਣਾ ਗੱਡੀ 'ਤੇ ਡਿਪੈਂਡ ਕਰਦੇ ਕਿੰਨੀ ਕੁ ਖਰਾਬ ਗੱਡੀ ਜੀ ਠੀਕ ਹੈ ਨੋਰਮਲ ਗੱਡੀ ਆਪਾਂ 12 ਦਿਨਾਂ 'ਚ ਗੱਡੀ ਤਿਆਰ ਕਰਦੇ ਹਾਂ 12 ਕਿ ਦਿਨਾਂ ਹਾਂ 12 ਕਿ ਦਿਨ ਪੂਰੀ ਫੁੱਲ ਗੱਡੀ ਪੇਂਟ ਜੀ ਸਾਰੀ ਥੱਲੇ ਤੋਂ ਲੈ ਕੇ ਥੱਲੇ ਤੋਂ ਲੈ ਕੇ ਤਾਂ ਦੀ ਠੀਕ ਹੈ ਅਤੇ ਜਾਇਜ਼ ਰੇਟ 'ਚ ਕਰਦੇ ਜੀ ਆਪਾਂ ਜਮ੍ਹਾਂ ਟੂਕੇ ਦਾ ਕੰਮ ਠੀਕ ਹੈ ਬਾਕੀ ਹੈ ਨਾ ਬਾਈ ਗਿਆਨੀ ਧਾਨੀ ਬੰਦੇ ਆ ਹੈ ਨਾ ਬਾਈ ਅਤੇ ਖਾਲਸਾ ਬੰਦਾ ਗੁਰੂ ਦੇ ਲੜ ਲੱਗਿਆ ਹੋਇਆ ਹੈ ਨਾ ਅਤੇ ਬਾਕੀ ਆਪਣੇ ਪਿੰਡੋਂ ਬਾਈ ਇਮਾਨਦਾਰ ਨਾਲ ਕੰਮ ਕਰਦੇ ਹੈਗੇ ਕੋਈ ਉਹ ਨਹੀਂ ਗਾ ਕਾਹਲੀ ਵਾਲਾ ਕੰਮ ਨਹੀਂ ਕੰਮ ਬਹੁਤ ਸੋਹਣਾ ਕਰਦੇ ਹੈਗੇ ਅਤੇ ਭਗੌਤੀ ਡੈਂਟਿੰਗ ਪੇਂਟਿੰਗ ਵਰਕਸ ਆ ਤੁਸੀਂ ਮੰਨ ਲਾ ਜਦੋਂ ਬਾਜੇਖਾਨੇ ਤੋਂ ਬਰਨਾਲੇ ਨੂੰ ਜਾਓਗੇ ਜਾਂ ਬਰਨਾਲੇ ਤੋਂ ਬਾਜੇਖਾਨੇ ਨੂੰ ਆਓਗੇ ਬਾਜੇਖਾਨੇ ਤੋਂ ਪਹਿਲਾਂ ਥੋੜ੍ਹਾ ਜਿਹਾ ਬਸ ਤੁਹਾਨੂੰ ਵਰਕਸ ਮਿਲ ਜੂਗੀ ਇੱਦਾਂ ਜਿਹੜੀਆਂ ਆਹ ਗੱਡੀਆਂ ਬਾਈ ਕੋਲ ਖੜੀਆਂ ਗਈਆਂ ਤਿਆਰ ਕੀਤੀਆਂ ਵੀ ਹੋਈਆਂ ਅਤੇ ਤਿਆਰ ਕਰੀ ਵੀ ਜਾਂਦਾ ਮਤਲਬ ਜਿਹਨਾਂ ਦੀ ਕਾਰਨ ਵਾਲੀ ਆ ਜਿਵੇਂ ਇਹਦਾ ਫੈਂਡਰ ਵਗੈਰਾ ਹੈ ਨਹੀਂ ਗਾ ਜਿੰਨ ਵਗੈਰਾ ਦਾ ਤਾਂ ਇੱਦਾਂ ਦਾ ਕੰਮ ਆ ਅਤੇ ਬਾਕੀ ਬਾਈ ਹੋਰ ਕੋਈ ਗੱਲਬਾਤ ਬਸ ਠੀਕ ਆ ਬਾਈ ਜੀ ਅਤੇ ਵਾਹਿਗੁਰੂ ਜੀ ਫਤਿਹ ਅਤੇ ਬਾਕੀ ਮਿੱਤਰੋ ਕਰ ਲਿਓ ਕੰਟੈਕਟ ਹੈ ਨਾ ਅਤੇ ਸੇਵਾ ਦਾ ਇੱਕ ਵਾਰ ਮੌਕਾ ਜ਼ਰੂਰ ਦਿਓ ਅਤੇ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰ ਦਿਓ ਹੈ ਨਾ ਧੰਨਵਾਦ ਜੀ।